बिस्मिल्लाह रहमान रहीम। अस्सलाम वालेकुम, कैसे हैं मेरे बहन भाई। उम्मीद करती हूँ कि मेरे बहन भाई सब खुश हो गए, आबाद हो गए। अल्लाह ताला मेरे बहन भाई खुश रखे, आबाद रखे। असी पहली से दुआ के नाल अज्जे व्लॉग दा करदे हां आगाज़। जिन्ना मेरे बहन भाई ने नसीम मापी चैनल सबसक्राइब नहीं किया तो प्लीज़ सबसक्राइब कर लो, बैल का बटन प्रेस कर लो, ताकि आने वाली वीडियो पर वक्त मेरे बहन भाई तक पहुँचती रहे। ਬਾਕੀ ਮੇਰੇ ਭੈਣ ਭਾਈ ਵੀਡੀਓ ਦੇ ਨਾਲ ਜੁੜੇ ਰਹੀਓ, ਵੀਡੀਓ ਦੇ ਬਾਕੀ ਜਿਹੜੇ ਵੀ ਸੀਨ ਹੋਣਗੇ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰਦੇ ਰਹਾਂ।
ये देखे माशाल्लाह इधर गाय घास चर रही है माशाल्लाह देखें इधर गाय घास चर रही है माशाल्लाह देखें इधर देखें गाय घास चर रही है इधर माशाल्लाह बकरियां हैं माशाल्लाह देखें इधर ये देखो माशाल्लाह देखें ये इधर गाय घास चर रही है माशाल्लाह देखें इधर भी माशाल्लाह देखें इधर गाय घास चर रही है माशाल्लाह देखें ये रही घास चर रही है माशाल्लाह इधर देखें इधर मस्जिद है माशाल्लाह देखें ये रहा इधर ट्राफाज है माशाल्लाह देखें माशाल्लाह देखें ये रही मस्जिद जो नमाज पढ़ रहे देखे ट्राफाज में ऊपर देखें पलट रखा हुआ था तो सर गया था माशाल्लाह पास मस्जिद है पास मस्जिद है ग्राउंड में आया हूँ ये देखे ग्राउंड में रश भी है माशाल्लाह गर्मी थी मैं क्या नहा लेता हूँ इतनी गर्मी थी मैं क्या नहा लेता हूँ इतनी गर्मी थी लड़के ने सिर में मिट्टी डालती थी फिर मैं ग्राउंड में आ गया वीडियो में क्या मम्मा आपके साथ व्लॉग बना देता हूँ माशाल्लाह देखे जी मैं इस भाई भी खेल रहा है माशाल्लाह देखे और देखे माशाल्लाह देखे आपकी वीडियो का जरा भी सीन वाइप पर बहन बहना खेल करें बैठी है मम्मा हांडी बना रही है माशाल्लाह देखे मम्मा हांडी बना रही है मम्मा जी हांडी बनाने पे इधर लकड़ा भी है माशाल्लाह देखे सिरापी भी पी हुई माशाल्लाह देखे बदल भी आ गया माशाल्लाह देखे ਖਾਲੂਗਾ ਮੈਂ ਦੁਪਹਿਰੇ ਕਿਹਾ ਮੈਂ ਆਲੂ ਬੈਂਗਣ ਬਣਾਉਣੇ ਕਹਿੰਦਾ ਮੈਂ ਨੀ ਖਾਣੇ ਮੈਂ ਗੁੱਸਾ ਕੀਤਾ ਮੈਂ ਕਿਹਾ ਬੇਟਾ ਹਰ ਸਬਜ਼ੀ ਅੱਲਾਹ ਤਾਲਾ ਦੀ ਖਾਈਦੀ ਹੈ ਅੱਲਾਹ ਤਾਲਾ ਦੀ ਨਿਮਤ ਅੱਲਾਹ ਤਾਲਾ ਨਰਾਜ਼ ਹੁੰਦਾ ਮੈਂ ਕਿਹਾ ਮੈਂ ਚਿੱਲਾ ਲਾ ਕੇ ਪਕਾਉਣੇ ਆ ਛਿਲਕੇ ਇੰਨੇ ਮਜ਼ੇਦਾਰ ਬਣਨੇ ਹੁਣ ਕਹਿੰਦਾ ਖਾ ਲੂੰਗਾ ਦੁਪਹਿਰੇ ਦੀ ਇੱਕੋ ਵਾਰੀ ਫਿੱਟਿਆ ਵੀ ਮੰਮਾ ਹੁਣ ਬਾਇਆ ਲੱਗੀ ਬਣਾ ਤੇ ਬੇਟਾ ਜਿਹੜੀ ਸ਼ਾਇ ਹੁਣ ਹੋਣੀ ਉਹੀ ਮੰਮਾ ਨੇ ਬਣਾਉਣੀ ਦਾਲਾਂ ਤੱਕ ਬਣਾਉਣੀਆਂ ਮਜ਼ਾ ਸਬਜ਼ੀ ਬਣਾਉਣੀ ਹੈ ਗੋਸ਼ਤ ਵੀ ਹੈ ਦੂਸਰੇ 'ਚ ਮੁਰਗੀ ਵਾਲੇ 'ਚ ਤਾਂ ਬਿਮਾਰੀ ਆਈ ਹੋਈ ਜੀ ਅਤੇ ਦੂਸਰਾ ਵੱਡਾ ਵਾ ਅਤੇ ਉਹ ਗੋਸ਼ਤ ਵੀ ਉਹ ਵੀ ਤੁਸੀਂ ਇੰਨੇ ਸ਼ੌਂਕ ਨਾਲ ਬੋਟੀਆਂ ਨਹੀਂ ਖਾਂਦਾ ਮਸਾਲਾ ਮਸਾਲਾ ਛੋਰੇ ਨਾਲ ਖਾ ਲੈਂਦਾ ਅਤੇ ਮਸਾਲਾ ਬੋਟੀਆਂ ਮੰਮਾ ਹੁਣ ਮੈਂ ਬੋਟੀਆਂ ਖਾਣ ਲੱਗ ਪਿਆ ਮਜ਼ੇ ਦੀ ਲੱਗਦੀਆਂ ਵੱਡੀ ਤੋਂ ਹੁਣ ਆਉਣ ਵਾਲੀ ਬੇਟਾ ਬਥੇਰਾ ਹੋ ਜਾਣਾ ਗੋਸ਼ਤ ਅਤੇ ਸਬਜ਼ੀਆਂ ਇਹਨਾਂ ਨੂੰ ਪਸੰਦ ਨਹੀਂ ਭਿੰਡੀ ਦਾ ਖਵਾ ਭਿੰਡੀ ਨਹੀਂ ਖਾਣੀ ਇਹਨਾਂ ਨੇ ਕਰੇਲੇ ਉੱਧਰ ਬਣਾਏ ਇਹਨੇ ਤਿੰਨ ਟਾਈਮ ਰੋਟੀ ਨਹੀਂ ਖਾਧੀ ਅੱਲਾਹ ਤਾਲਾ ਜੀ ਬੇਟਾ ਨਿਮਤ ਆ ਸਾਰਾ ਸ਼ੁਕਰ ਅੱਲਾਹ ਦਾ ਸ਼ੁਕਰ ਕਰਕੇ ਖਾਈ ਜੀ ਹੁੰਦੀ ਅੱਲਾਹ ਤਾਲਾ ਦੇ ਰਿਹਾ ਸ਼ੁਕਰ ਅੱਲਾਹ ਦਾ ਮੰਮਾ ਜਾਂ ਤੁਸੀਂ ਲਵੈਲ ਲੈ ਲਓ ਹੁਣ ਮੈਂ ਬਾ ਗਰਾਊਂਡ 'ਚ ਜਾਣਾ ਭਾਈ ਨਾਲ ਖੇਡਣਾ ਜਾ ਕੇ ਘਰ ਦਿਨ ਨਹੀਂ ਲੱਗਦਾ ਚਲੋ ਠੀਕ ਹੈ ਠੰਡਾ ਹੋ ਗਿਆ ਹੁਣ ਨਹਾ ਲਿਆ ਨਾ ਹੁਣ ਫਰੈਸ਼ ਹੋ ਗਿਆ ਹੁਣ ਚਲਾ ਜਾ
ਅੱਛਾ ਜੀ ਜਮਸ਼ੇਦ ਬੇਟਾ ਅਤੇ ਬਾਹਰ ਚਲਾ ਗਿਆ, ਨਹਾਤਾ ਸੀਗਾ, ਫਰੈਸ਼ ਹੋ ਕੇ ਚਲਾ ਗਿਆ ਗਰਾਊਂਡ 'ਚ ਖੇਡਣ ਵਾਸਤੇ, ਅਤੇ ਮੈਂ ਬਣਾ ਲਈ ਸਾਲਣ ਆਲੂ ਬੈਂਗਣਾਂ ਦਾ, ਜਾਨੀ ਕਿ ਕੱਲ੍ਹ ਲਏ ਸੀ ਅੱਧਾ ਕਿਲੋ ਕਿਲੋ ਬੈਂਗਣ ਅਤੇ ਕਿਲੋ ਆਲੂ, ਕੁਛ ਚਾਵਲਾਂ 'ਚ ਦੁਪਹਿਰੇ ਪਾਏ ਬੈਂਗਣ, ਅਤੇ ਤਿੰਨ ਚਾਰ ਸੀ ਅੱਧੇ ਖਰਾਬ ਨਿਕਲੇ ਅਤੇ ਥੋੜ੍ਹੇ ਜਿਹੇ ਨਿਕਲੇ, ਅਤੇ ਤਿੰਨ ਆਲੂ ਸੀ। ਮੈਂ ਕਿਹਾ ਬਸ ਸੁਬਹਾ ਨੂੰ ਤਾਂ ਬੱਚੇ ਲੱਸੀ ਪੀਂਦੇ ਅਤੇ ਰਾਤ ਦਾ ਸਰ ਜੂਗਾ, ਅਤੇ ਬਾਕੀ ਪਾਊਡਰ ਮਸਾਲੇ ਡੱਬੇ। ਵਾਲੇਕਮ ਸਲਾਮ ਹਾਨੀਆ, ਬੇਟੀ ਵੀ ਆ ਗਈ, ਸਪਾਰਾ ਪੜ੍ਹਨ ਗਈ ਸੀ, ਕਿਉਂਕਿ ਸਵੇਰਾ ਬੇਟੀ ਹੁਣੀਆਂ ਸੁਬਹਾ ਨੂੰ ਜਾਂਦੀਆਂ, ਅਤੇ ਇੱਥੇ ਨਾਲ ਦੇ ਘਰ ਕੋਠੀ ਵਾਲਾ ਘਰ ਆ ਸਾਡੇ ਮਸਾਇਆਂ ਦਾ, ਰਾਣਿਆਂ ਦਾ, ਉਹਨਾਂ ਦੇ ਘਰੋਂ ਪੜ੍ਹ ਕੇ ਆਈ। ਹਾਂਜੀ ਬੇਟਾ ਪੜ੍ਹ ਹੈ ਸਾਮੀ ਬੇ, ਹਾਨੀਆ ਬੇਟੀ ਪੜ੍ਹ ਕੇ ਆਈ, ਅਤੇ ਬੱਦਲ ਵੀ ਮਾਸ਼ਾਅੱਲਾ, ਗਰਮੀ ਬਹੁਤ ਜ਼ਿਆਦਾ ਸੀ, ਜਿਵੇਂ ਗਰਮੀ ਹੈ ਨਾ ਉਵੇਂ ਲੱਗਦਾ ਠੰਡਾ ਮੌਸਮ। ਅੱਲਾਹ ਤਾਲਾ ਕਰੂਗਾ, ਅੱਲਾਹ ਤਾਲਾ ਆਪਣੇ ਬੰਦਿਆਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ, ਮੁਹੱਬਤ ਕਰਦੇ, ਸੱਤਰ ਮਾਵਾਂ ਜਿੰਨਾ ਪਿਆਰ ਕਰਦੇ। ਦੇਖ ਲਾ ਅਸੀਂ ਗਰਮੀ ਗਰਮੀ ਕਰੀਦੀ ਹੈ, ਦੋ ਦਿਨ ਗਰਮੀ ਪੈਂਦੀ, ਦੂਸਰੇ ਦਿਨ ਤੀਸਰੇ ਦਿਨ ਅੱਲਾਹ ਤਾਲਾ ਮੌਸਮ ਉੱਚਾ ਕਰ ਦਿੰਦੇ। ਬਹੁਤ ਪਿਆਰਾ ਮੌਸਮ ਬੱਦਲ ਹੋਇਆ, ਅਤੇ ਇਨਸ਼ਾਅੱਲਾ ਬਹੁਤ ਪਿਆਰਾ ਹੋਊਗਾ। ਕੱਲ੍ਹ ਵੀ ਹਵਾ ਚੱਲਦੀ ਸੀ, ਰਾਤ ਵੀ ਚੱਲਦੀ ਸੀ ਹਵਾ, ਅਤੇ ਬੇਟਾ ਆਲੂ ਬੈਂਗਣ ਅਤੇ ਸਾਲਣ ਬਣਾਉਂਦੇ ਹੀ, ਆਟਾ ਗੁੰਨ ਕੇ ਮੈਂ ਨੀਚੇ ਰੱਖੇ ਸੀ। ਬੇਟਾ ਡੱਬੇ ਪਰਾਂ ਕਰ ਦਿਉ, ਡੱਬੇ ਅੰਦਰ ਰਹਿੰਦਾ ਹੀ, ਮੇਜ਼ ਚੁੱਕ ਲੈਂਦੀ ਹੁੰਦੀ। ਪਾਣੀ ਬੇਟਾ ਨੀਚੇ ਆ, ਮੈਨੂੰ ਵੀ ਮੇਰਾ ਬੇਟਾ ਪਿਆ ਦੇ, ਗਰਮੀ ਬਹੁਤ ਆ, ਮੇਰਾ ਵੀ ਮੂੰਹ ਸੁੱਕੀ ਜਾਂਦਾ। ਅਤੇ ਇਹਦਾ ਮੇਜ਼ ਅੰਦਰ ਫੰਦਾ, ਮੇਜ਼ ਹੀ ਚੁੱਕ ਲੈਂਦੀ ਹੁੰਦੀ। ਉੱਪਰਲੇ ਡੱਬੇ ਹੁਣ ਉੱਪਰ ਆ, ਨੀਚੇ ਵਾਲੇ ਨੀਚੇ, ਹੁਣ ਟੈਨਸ਼ਨ ਨੀਗੀ। ਅਤੇ ਆਹ ਦੇਖੋ ਜਿਹੜੇ ਨੀਚੇ ਵਾਲੇ ਪਹਿਲੇ ਡੱਬੇ ਸੀ ਉਹ ਮੈਂ ਉੱਪਰ ਲੈ ਆਈ ਹਾਂ, ਜਿਹੜੇ ਨਵੇਂ ਲੈ ਆਈ ਉਹ ਨੀਚੇ ਰੱਖ ਲਏ, ਅਤੇ ਹੁਣ ਮੈਨੂੰ ਟੈਨਸ਼ਨ ਨਹੀਂ। ਹਾਂਜੀ ਬੇਟਾ ਦੇ ਦਿਓ। ਜਮਸ਼ੇਦ ਬੇਟਾ ਚੀਜ਼ ਲੈ ਕੇ ਆਇਆ ਅਤੇ ਕਹਿੰਦਾ ਮੰਮਾ ਹਾਨੀਆ 10 ਰੁਪਏ ਮੰਗਦੀ, ਦੇ ਦੇਵਾਂ। ਮੈਂ ਕਿਹਾ ਹਾਂਜੀ ਬੇਟਾ ਦੇ ਦਿਓ, ਤੁਸੀਂ ਲੈਣਾ ਹੀ ਜੀ ਹੁਣ, ਕਿਉਂਕਿ ਸੁਬਹਾ ਸਕੂਲ ਲੈ ਗਏ ਸੀ, ਅਤੇ ਆਹ ਇਸ ਟਾਈਮ ਉਹਨਾਂ ਨੇ ਸੁਬਹਾ ਸਕੂਲ ਲੈ ਜਾਂਦੇ 10 ਰੁਪਏ, ਇਸ ਟਾਈਮ 10 ਰੁਪਏ ਫਿਰ ਗੋਲਾ ਗੋਲਾ ਖਾਣ ਵਾਸਤੇ ਲੈਂਦੇ। ਅਤੇ ਚਲੋ ਸ਼ਾਬਾਸ਼, ਮਗਰਬ ਦੇ ਟਾਈਮ ਬੇਟਾ ਇੱਧਰ ਮੇਰੀ ਸੁਣ, ਮਗਰਬ ਦੀ ਨਮਾਜ਼ ਪੜ੍ਹ ਕੇ ਮੇਰਾ ਬੇਟਾ ਘਰ ਆਉਣਾ, ਮੈਂ ਫਿਰ ਵੀਡੀਓ ਬਣਾਉਣੀ ਹੁੰਦੀ ਤੇਰੀ ਵੀ, ਤੂੰ ਵਿੱਚ ਨਹੀਂ ਆਉਂਦਾ, ਜਲਦੀ ਆ ਜੀ। ਅਤੇ ਜਮਸ਼ੇਦ ਬੇਟਾ ਚੀਜ਼ ਲੈ ਕੇ ਚਲਾ ਗਿਆ, ਮਗਰਬ ਦੀ ਨਮਾਜ਼ ਮਾਸ਼ਾਅੱਲਾ ਪੜ੍ਹਦਾ ਮੇਰਾ ਬੇਟਾ, ਅੱਲਾ ਨੂੰ ਨੇਕ ਬਣਾਵੇ, ਇੱਦਾਂ ਹੀ ਪੜ੍ਹਦਾ ਰਹੇ ਵੱਡਾ ਹੋ ਕੇ ਵੀ। ਅਤੇ ਨਮਾਜ਼ 'ਤੇ ਆਦਤ ਪਾਈਏ, ਨਮਾਜ਼ ਸੁਬਹਾ 5 ਵਜੇ ਜਾਂਦੇ ਮਸਜਿਦ 'ਚ ਪੜ੍ਹ ਲੈਂਦੇ ਫਜਰ ਦੀ, ਅਤੇ ਅਸਰ ਦੀ ਨਮਾਜ਼ ਫਿਰ ਪੜ੍ਹ ਕੇ ਆਉਂਦੇ ਮਗਰਬ ਦੀ। ਅਸਰ ਦੀ ਕਿਸੇ ਟਾਈਮ ਗਰਾਊਂਡ 'ਚ ਹੁੰਦੇ ਚਲ ਜਾਂਦੇ, ਕਿਸੇ ਟਾਈਮ ਨਹੀਂ ਜਾਂਦੇ। ਅਤੇ ਕਹੀਦਾ ਬੇਟਾ ਸਾਰੀਆਂ ਪੜ੍ਹਿਆ ਕਰੋ। ਅਤੇ ਡੱਬੇ ਇੱਦਾਂ ਹੀ ਮੈਂ ਮੇਜ਼ ਉੱਪਰ, ਮੇਜ਼ ਦੇ ਉੱਤੇ ਰੱਖਿਆ, ਮੇਜ਼ ਹੀ ਹੌਲਾ ਜਿਹਾ ਹੈਗਾ, ਮੇਜ਼ ਹੀ ਚੁੱਕ ਕੇ ਲੈ ਜਾਂਦੀ, ਲੈ ਨਹੀਂ ਹੁੰਦੀ ਬਾਹਰ ਹੀ, ਅਤੇ ਮੇਜ਼ ਹੀ ਚੁੱਕ ਕੇ ਫਿਰ ਅੰਦਰ ਰੱਖ ਦਿੰਦੀ ਹੁੰਦੀ। ਇੱਦਾਂ ਆਸਾਨੀ ਡੱਬਾ ਇਕੱਲਾ ਇਕੱਲਾ ਚੁੱਕੋ, ਫਿਰ ਰੁਕ ਚੁੱਕ ਕੇ ਰੱਖਿਆ ਵੋ, ਅਤੇ ਹੌਲਾ ਜਿਹਾ ਮੇਜ਼ ਆ, ਮੈਂ ਮੇਜ਼ ਹੀ ਚੁੱਕ ਲੈਂਦੀ ਹੁੰਦੀ। ਅਤੇ ਸਾਲਣ ਮਾਸ਼ਾਅੱਲਾ ਮੇਰਾ ਬਣੀ ਜਾਂਦਾ, ਅਤੇ ਸਾਮੀਆਂ ਬੇਟੀ ਨੀਚੇ ਨਹਾਉਂਦੇ ਹੀ, ਅਤੇ ਆਦੀ ਉਹਦੇ ਕੱਪੜੇ ਪਾਉਂਦੇ ਹੀ। ਮੈਨੂੰ ਮਨਾ ਵੀ ਕੀਤਾ ਬੇਟਾ ਨਾ ਨਹਾਵੋ, ਨਹੀਂ ਮੰਮਾ ਨਹਾਉਣਾ, ਦੋ ਦਫਾ ਨਹਾਉਂਦੀ ਦਿਹਾੜੀ 'ਚ, ਤਿੰਨ ਦਫਾ, ਰੱਜ ਰੱਜ ਕੇ ਨਹਾਉਂਦੀ, ਫਿਰ ਜਲਦੀ ਟੂਟੀ ਤੋਂ ਪਰਾਂ ਨਹੀਂ ਹੁੰਦੀ। ਅਤੇ ਹਾਨੀਆ ਬੇਟੀ ਮੇਰੇ ਵਾਸਤੇ ਲੈ ਕੇ ਪਾਣੀ, ਛੋਟੀ ਬੋਤਲ 'ਚ ਪਾਣੀ ਪੀਣੀ। ਅਤੇ ਬਾਕੀ ਮੇਰੇ ਭੈਣ ਭਾਈ ਵੀਡੀਓ ਦੇ ਨਾਲ ਜੁੜੇ ਰਹੀਓ, ਵੀਡੀਓ ਫੁੱਲ ਵਾਚ ਕਰੀਓ, ਬਾਕੀ ਵੀਡੀਓ ਦੇ ਜਿਹੜੇ ਵੀ ਸੀਨ ਹੋਏ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰਦੇ ਰਹੋ। ਹਾਂਜੀ ਬੇਟੀ ਨਹਾ ਕੇ ਮੇਰੀ ਨੰਨੀ ਪਰੀ ਸ਼ਹਿਜ਼ਾਦੀ ਜੀ ਬਣ ਕੇ ਆ ਗਈ। ਇਹਨੂੰ ਤਾਂ ਨਹਾ ਕੇ ਨਾ ਬਸ ਆਹੀ ਸੂਟ, ਪਿੱਛੇ ਹੋਵੋ ਬੇਟਾ ਪਿੱਛੇ ਹੋਵੋ, ਇਹਨੂੰ ਤਾਂ ਨਹਾ ਕੇ ਬਸ ਆਹੀ ਸੂਟ ਪਸੰਦ ਆ ਆਪਣਾ ਸ਼ਰਾਰੇ ਵਾਲਾ, ਬਸ ਕਹੂਗੀ ਮੈਂ ਇਹੀ ਸੂਟ ਪਾਉਣਾ, ਨਵੇਂ ਸੈਂਡਲ ਪਾਉਣੇ। ਇਹਨੂੰ ਹੁਣੇ ਨੇ ਬਹੁਤ ਜ਼ਿਆਦਾ ਕੱਪੜਿਆਂ ਦਾ ਪਤਾ ਲੱਗਦਾ, ਨਿੱਕੀ ਜੀ ਪਾਰੋ ਨੂੰ। ਵਾਲ ਅੱਖਾਂ ਅੱਗੋਂ ਪਰਾਂ ਕਰੋ ਬੇਟਾ, ਚਲੋ ਜੀ।
ਤੇ ਮੇਰੀ ਮੇਰੀ ਭੈਣ ਬਈ ਲਾਜ਼ਮੀ ਕਮੈਂਟ 'ਚ ਦੱਸਣ, ਅਤੇ ਮੇਰੀ ਬੇਟੀ ਦੀ ਕਿਊਟ ਜੀ ਪਿਆਰੀ ਜੀ ਮੇਰੀ ਬੇਟੀ ਦੀ ਆਂਟੀ ਵੀ ਦੱਸੇ, ਮੇਰੀ ਸਾਮੀਆ ਬੇਟੀ ਕਿਸ ਤਰ੍ਹਾਂ ਦੀ ਲੱਗਦੀ ਪਈ, ਨਹਾ ਕੇ ਪਾਊਡਰ ਪੂਡਰ ਅਗਲੀ ਆਪੇ ਲਾ ਕੇ ਆਈ। ਹਾਨੀਆਂ ਵੀ ਆ ਗਈ ਹੈ, ਅਤੇ ਹਾਨੀਆਂ ਦੇ ਨਾਲ ਦਵਾ ਚਾਚੀ ਸਾਸੀ ਦੀ ਪੋਤੀ ਇਹ ਵੀ ਆ ਗਈ। ਹੁਣ ਖੇਡਣਾ ਬੇਟਾ ਤੁਸੀਂ, ਛੁੱਟੀਆਂ ਹੋ ਗਈਆਂ, ਇੰਜੋਏ ਕਰੋ। ਨਾਨੀ ਪਾਸ ਜਾਣਾ, ਆਪਣੇ ਜਾਓਗੇ ਨਾਨੀ ਕੇ ਪਾਸ? ਲਾਹੌਰ ਜਾਏਂਗੇ, ਸਭੀ ਜਾਏਂਗੇ। ਤੁਹਾਡੀ ਮੰਮਾ ਤੋਂ ਕਹਿ ਰਹੀ ਥੀ ਮੈਂ ਔਰ ਜ਼ਾਰਾ ਜਾਏਂਗੇ। ਅੱਛਾ, ਪਾਪਾ ਕਿਤਾ ਸਭ ਠੀਕ ਹੈ, ਛੁੱਟੀਆਂ ਆਇਆ ਬੇਟਾ ਪੁੱਫੋ ਕੇ ਪਾਸ, ਤੀਨ ਪੁੱਫੋ ਆ, ਤੀਨ ਪੁੱਫੋ ਆਪਕੀ ਉਧਰ, ਪੁੱਫੋ ਕੇ ਪਾਸ ਫਿਰਨਾ ਘੁੰਮਣਾ ਲਾਹੌਰ, ਅੱਛੇ ਅੱਛੇ ਘੁੰਮ ਕੇ ਆਉਣਾ। ਪੁੱਫੋ ਆਪਕੀ ਉਧਰ ਹੀ ਨਾ, ਤੀਨ ਪੁੱਫੋ ਆਪਕੀ ਉਧਰ ਲਾਹੌਰ ਮੇ, ਔਰ ਚਾਚੂ ਵੀ ਦੋ, ਤੇ ਉਧਰ ਘੁੰਮਣਾ ਅੱਛੇ ਸੇ, ਛੁੱਟੀਆਂ ਆਇਆ ਇੰਜੋਏ ਕਰੋ। ਹਾਂ, ਤਾਂ ਫਿਰ ਲਾਹੌਰ ਤੋਂ ਇਤਨਾ ਮਜ਼ਾ ਆਤਾ ਹੈ। ਹਾਂਜੀ, ਤੋ ਬੇਟਾ ਹਮਨੇ ਇਧਰ ਹਾਨੀਆਂ ਲੋਕੋ ਕੇ ਵੀ ਉਧਰ ਪੁੱਫੋ ਰਹਿਤੀ ਹੈ ਨਾ, ਸ਼ਬਨਮ ਪੁੱਫੋ ਇਸਕੀ, ਮੇਰੇ ਹਾਨੀਆਂ ਕੀ ਪੁੱਫੋ, ਵੋ ਵੀ ਹਮੇ ਬੁਲਾ ਰਹੀ, ਆਪ ਇਧਰ ਆਓ ਹਮਾਰੇ ਪਾਸ, ਤੋ ਦੇਖੇਂਗੇ। ਹਮਨੇ ਵੀ ਜਾਣਾ ਹੈ ਇਨਕੇ ਨਾ, ਮੇਰਾ ਹਾਨੀਆਂ ਕਾ ਮਾਮੂ ਉਧਰ ਰਹਿਤਾ ਹੈ, ਹਾਨੀਆਂ ਕਾ ਮਾਮੂ ਵੀ ਉਧਰ ਰਹਿਤਾ ਹੈ, ਮੀਆਂ ਚੰਨੂ ਮੇਰਾ ਮਾਮੂ ਵੀ ਉਧਰ ਰਹਿਤਾ ਹੈ, ਮੈਂ ਆਨੇ ਆਪਣੇ ਮਾਮੂ ਕੇ ਪਾਸ ਜਾਣਾ ਹੈ। ਤੇ ਢਾਈ ਮਹੀਨੇ ਕੀ ਛੁੱਟੀਆਂ ਲੱਗਤੀ, ਤੋ ਮੁਝੇ ਕੰਮ ਹੀ ਹੈ, ਮੈਨੇ ਕਿਹਾ ਚਲੋ ਈਦ ਇੱਧਰ ਹੀ ਕਰਦੇ ਹਾਂ, ਗਰਮੀ ਬਹੁਤ ਜ਼ਿਆਦਾ, ਫਿਰ ਕੱਪੜੇ ਕੁੱਪੜੇ ਸਲਾ ਕੇ ਫਿਰ ਜਾਏਂਗੇ, ਤੋ ਈਦ ਇੱਧਰ ਹੀ ਕਰੇਂਗੇ, ਫਿਰ ਜਾਏਂਗੇ ਹਮ ਉਧਰ ਮੀਆਂ ਚੰਨੂ ਜਾਏਂਗੇ। ਉਹ ਵੀ ਮੀਆਂ ਚੰਨੂ ਕਾ ਇਲਾਕਾ ਵੀ ਬਹੁਤ ਪਿਆਰਾ ਹੈ, ਉਧਰ ਇਤਨੀ ਅੱਛੀ ਅੱਛੀ ਫਸਲੇ ਹੋਤੀ ਹੈ, ਆਲੂ ਵਗੈਰਾ, ਮੱਕੀ ਵਗੈਰਾ, ਲਸਣ ਵਗੈਰਾ ਉਧਰ ਹੋਤਾ ਹੈ, ਬਹੁਤ ਸ਼ੱਕਰ ਕੰਡੀਆਂ ਨਹੀਂ ਵੋ ਖਾਤੇ ਹਮ, ਵੋ ਵੀ ਇਤਨੀ ਇਤਨੀ ਅੱਛੀ ਫਸਲੇ ਉਧਰ ਹੋਤੀ ਹੈ, ਇਤਨੀ ਪਿਆਰੀ ਚੀਜ਼ੇ ਹੋਤੀ ਹੈ। ਹਾਂ, ਵੋ ਹਮ ਉਧਰ ਜਾਏਂਗੇ ਨਾ, ਉਧਰ ਮੀਆਂ ਚੰਨੂ ਵੀ ਜਾਏਂਗੇ ਹਮ, ਸਵੇਰਾ ਲੋਕੋ ਕੰਮ ਆਪਣਾ ਕੰਮ ਕਰ ਲੀਜੇ, ਕੰਮ ਕਰ ਲੈ ਨਾ ਆਪਣਾ ਹੋਮਵਰਕ, ਤੋ ਫਿਰ ਜਾਏਂਗੇ ਹਮ। ਤੋ ਹਾਨੀਆਂ ਬੇਟੀ ਸਾਮੀਆਂ ਦਵਾ ਖੇਡਣ ਤੇ ਆਪਣਾ, ਜੇ ਇਹਨਾਂ ਨੇ ਦਵਾਰ ਦੇ ਉੱਤੋਂ ਆ ਜਿਹੜੀ ਰੱਸੀ ਬੰਨੀ ਸੀ ਕੱਪੜਿਆਂ ਵਾਸਤੇ, ਇਹਨੂੰ ਘੁਮਾਇਆ ਅਤੇ ਇੱਟਾਂ ਫਿਰ ਨੀਚੇ ਗਿਰ ਗਈਆਂ, ਕਿਉਂਕਿ ਚਾਚੂ ਨੇ ਪੱਖੇ ਵਾਲਾ ਕੰਮ ਅੱਜ ਮੁਕੰਮਲ ਕਰ ਦਿੱਤਾ ਜੀ ਬੇਟੇ। ਅੱਛਾ ਜੀ, ਹੁਣ ਪੈਸਿਆਂ ਦੀ ਵਾਰੀ ਆ ਗਈ, ਜਦ ਛੇਦ ਬੇਟਾ ਲੈ ਗਿਆ, ਹਾਨੀਆਂ ਲੈ ਗਈ, ਅਤੇ ਹੁਣ ਸਾਮੀਆਂ ਨਹਾ ਕੇ ਆ ਗਈ, ਮੰਮਾ ਜੀ 10 ਰੁਪਏ, ਤੋ ਚਾਚੇ ਨੇ ਜਿਹੜਾ ਪੱਖੇ ਦਾ ਕੰਮ ਮੁਕੰਮਲ ਕਰ ਦਿੱਤਾ ਵਾ, ਅਤੇ ਚਾਚੇ ਨੇ ਮੈਂ ਕਿਹਾ ਚਾਚਾ ਹੁਣ ਜਿਹੜਾ ਦਵਾਰ ਦਾ ਕਰ ਦਿਉ, ਕਹਿੰਦਾ ਬੇਟਾ ਸੁਬਹਾ ਮੈਂ ਦਵਾਰ ਦਾ ਕਰ ਦੂੰ। ਚਾਚੂ ਕਹਿ ਰਹੇ ਸੀ ਬੋਰਡ ਦਾ, ਮੈਂ ਕਿਹਾ ਸੀ ਚਾਚੂ ਕਹਿ ਰਹੇ ਸੀ ਬੇਟਾ ਬੋਰਡ ਬਣੇ ਬਣਾਏ ਆਉਂਦੇ ਆ, ਅਗਰ ਬਣੇ ਬਣਾਏ ਮਿਲ ਗਏ ਬਾਜ਼ਾਰੋਂ ਤਾਂ ਬਣਾ ਬਣਾਇਆ ਲਿਆ ਦੂੰਗਾ, ਅਤੇ ਨਾ ਕਰੋ ਰੂਜ ਬੇਟਾ, ਬਣਾ ਬਣਾਇਆ ਲਿਆ ਦੂੰਗਾ, ਨਹੀਂ ਬਣਿਆ ਅਤੇ ਨਾ ਬਣਿਆ ਬਣਾਇਆ ਮਿਲਿਆ ਅਤੇ ਫਿਰ ਮੈਂ ਤੁਹਾਨੂੰ ਇੱਥੇ 10 ਰੁਪਏ ਦੇ ਦੇ ਬੇਟਾ ਚੱਕ ਕੇ, ਅਤੇ ਨਾ ਬਣਿਆ ਬਣਾਇਆ ਮਿਲਿਆ ਅਤੇ ਫਿਰ ਮੈਂ ਨਾ ਬਣਾ ਦੂੰਗਾ, ਖੁਦ ਬਣਾ ਦੂੰਗਾ ਲਿਆ ਕੇ। ਮੈਂ ਚਾਚੂ ਬੋਰਡ ਦੇ ਤੇ ਜਲਦੀ ਕਰੀਏ, ਕਿਉਂਕਿ ਉਹਦੀ ਸਖਤ ਜ਼ਰੂਰਤ ਆ ਬੋਰਡ ਦੀ, ਅਤੇ ਉੱਪਰ ਖਾਣਾ ਵਗੈਰਾ ਬਣਾਈਦਾ, ਅਤੇ ਚਾਚੂ ਕਹਿੰਦੇ ਠੀਕ ਆ, ਨਾਲੇ ਮੈਂ ਸੀਮਿੰਟ ਤਾਂ ਕਿਹਾ ਸੀ ਚਾਚੂ ਜੀ ਸੀਮਿੰਟ ਲਿਆ ਕੇ ਅਤੇ ਦੀਵਾਰ ਕਰ ਦਿਉ, ਕਹਿੰਦੇ ਬੇਟਾ ਠੀਕ ਆ, ਬਸ ਸ਼ਾਮ ਨੂੰ ਉਸ ਬਾਕੀ ਚਾਚੂ ਜੀ ਅਸਰ ਦੇ ਟਾਈਮ ਠੰਡੇ ਟਾਈਮ ਮੈਂ ਵੀ ਉੱਪਰ ਹੋਊਂਗੀ, ਖਾਣਾ ਵਗੈਰਾ ਬਣਾਉਣਾ, ਬੱਚੇ ਪਾਣੀ ਛਾਣੀ ਦੇ ਦੇਣਗੇ, ਦਾਦਾ ਬੇਟਾ ਦਾਦਾ, ਅਤੇ ਖਾਣਾ ਵਗੈਰਾ ਬੱਚੇ ਤੁਹਾਨੂੰ ਪਾਣੀ ਛਾਣੀ ਦੇ ਦੇਣਗੇ, 2 ਵਾਰ ਲਾ ਦਿਓ। ਚਾਚੂ ਕਹਿੰਦਾ ਠੀਕ ਆ ਬੇਟਾ, ਸੁਬਹਾ ਜਾ ਬੇ ਪੁੱਛੂੰਗੀ ਚਾਚਾ ਵੀ, 2 ਦਿਨ ਪੱਖੇ ਨਾਲ ਵਿਚਾਰਾ ਚੱਲ ਦੇਖੋ। ਸਾਲਣ ਸਾਡਾ ਬਣ ਗਿਆ, ਆਲੂ ਬੈਂਗਣਾਂ ਦਾ ਸਾਲਣ ਬਣਾ ਲਿਆ ਅਤੇ ਦੂਧ ਉੱਪਰ ਰੱਖ ਦਿੱਤਾ, ਅਤੇ ਰੋਟੀ ਬਣਾਉਂਦੇ ਗਿਆ, ਹਨੇਰੀ ਲੱਗੀ ਸੀ ਆਉਣ, ਅਤੇ ਮੰਜਾ ਉਤਨ ਵੱਢਿਆ ਸੀ, ਮੰਜਾ ਪਾਤੇ ਥੋੜ੍ਹਾ ਜਿਹਾ ਮਾਨ ਪਿਆ ਸੀਗਾ, ਮੰਜਾ ਉਤਨ ਬਣਾਇਆ ਸੀਗਾ, ਅਤੇ ਮੈਂ ਕਿਹਾ ਬੇਟਾ ਸਵੇਰਾ ਅੱਜ ਤਵੀ 'ਤੇ ਰੋਟੀ ਲਾ ਲਈਏ, ਤਵੀ ਗਰਮ, ਦੋ ਹਨੇਰੀ ਜੀ ਮਹਿਸੂਸ ਹੋਣ ਡਈ ਸੀ, ਮੈਂ ਕਿਹਾ ਬੇਟਾ ਚੁੱਲ੍ਹੇ ਤੋਂ ਪਹਿਲਾਂ ਦੂਧ ਗਰਮ ਮੈਂ ਕਿਹਾ ਬੇਟਾ ਦੂਧ ਗਰਮ ਕਰਦਿਆਂ ਜਿੰਨੀ ਦਿਨ ਨੂੰ ਕਰਾਂਗੇ ਉੱਨੀ ਦਿਨ ਨੂੰ ਦਾਨ ਦਾ ਨਮਾਜ਼ ਦਾ ਵੀ ਟਾਈਮ ਹੋ ਜਾਣਾ, ਹੁਣ ਹਨੇਰੀ ਨਾ ਆ ਜਾਵੇ, ਕਿਉਂਕਿ ਮੌਸਮ ਮਿੰਦਾ ਹੋਇਆ, ਜਿਵੇਂ ਹਨੇਰੀ ਆਊਗੀ, ਅਤੇ ਮੈਂ ਕਿਹਾ ਆਪਾਂ ਤਵੀ ਸਿੱਧ ਲੈਂਦੀ ਹਾਂ, ਬਸ ਪੰਜ ਜਾਂ 6 ਰੋਟੀਆਂ ਹੁੰਦੀਆਂ ਸਾਡੀਆਂ, ਇੱਕ ਇੱਕ ਬੱਚੇ ਖਾਂਦੇ ਆ, ਇੱਕ ਮੇਰੀ ਹੁੰਦੀ ਹੈ,
ਪੰਜ ਜਾਂ ਛੇ ਹੁੰਦੀਆਂ, ਦੋ ਜਾਂ ਡੇਢ ਰੋਟੀ ਵੱਧ ਜਾਂਦੀ ਅਤੇ ਰੋਟੀ ਬਣਾਉਂਦੇ ਹਾਂ ਦੂਧ ਉੱਤੇ ਗਰਮ ਕਰਦੇ ਪਏ ਨਾਲ ਨਾਲ, ਅਤੇ ਬੱਚੇ ਆਉਣਗੇ ਮਗਰਬ ਦੀ ਨਮਾਜ਼ ਮੈਂ ਵੀ ਪੜ੍ਹੂੰਗੀ, ਬੱਚੇ ਵੀ ਪੜ੍ਹਨਗੇ ਅਤੇ ਨਾਲ ਉੱਥੇ ਛੇਕ ਬੇਟਾ ਪੜ੍ਹ ਕੇ ਆਊਗਾ, ਫਿਰ ਖਾਣਾ ਖਾਵਾਂਗੇ ਅਤੇ ਵੀਡੀਓ ਦੰਡ ਇੱਥੇ ਕਰਦੇ ਰੋਟੀ ਛੇਕ ਬੇਟਾ ਵੀਡੀਓ ਦੰਡ ਇੱਥੇ ਕਰਦੇ ਹਾਂ ਸਾਡੀ ਅੱਜ ਦੀ ਵੀਡੀਓ। ਅਗਰ ਮੇਰੇ ਭੈਣ ਭਾਈਆਂ ਨੂੰ ਪਸੰਦ ਆਵੇ ਲਾਇਕ ਔਰ ਸ਼ੇਅਰ ਕਰਿਓ, ਦੁਆਵਾਂ 'ਚ ਆਪਣੀ ਭੈਣ ਨੂੰ ਯਾਦ ਰੱਖਿਓ, ਮੇਰੀਆਂ ਦੁਆ ਮੇਰੇ ਭੈਣ ਭਾਈਆਂ ਦੇ ਨਾਲ ਆ। ਮਿਲਾਂਗੇ ਨੈਕਸਟ ਵੀਡੀਓ ਦੇ ਨਾਲ, ਅੱਲਾ ਹਾਫਿਜ਼।